ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਦਿਵੇਸ਼ ਖੰਨਾ, ਆਈ ਐਮ ਫਰੋਮ ਫਿਊਚਰ ਓਵਰਸੀਜ਼ ਐਜੂਕੇਸ਼ਨ। ਜਿੱਦਾਂ ਕਿ ਤੁਸੀਂ ਜਾਣਦੇ ਹੋ, ਅਸੀਂ ਆਇਲਸ, ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਸਪਾਊਸ ਵੀਜ਼ਾ 'ਚ ਅਸੀਂ ਡੀਲ ਕਰਦੇ ਹਾਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਲਈ। ਅਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਇੱਕ ਹੋਰ ਕੈਨੇਡਾ ਦਾ ਸਪਾਊਸ ਵੀਜ਼ਾ ਅਸੀਂ ਅੱਜ ਰਿਸੀਵ ਕੀਤਾ ਹੋਇਆ ਹੈ, ਰਘਵਿੰਦਰ ਸਿੰਘ ਜੀ ਦਾ। ਅਗਰ ਤੁਸੀਂ ਵੀ ਆਪਣਾ ਸਪਾਊਸ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਕੈਨੇਡਾ ਦੇ ਲਈ, ਅਗਰ ਤੁਸੀਂ ਸਾਡੇ ਤੋਂ ਪੁੱਛਣਾ ਚਾਹੁੰਦੇ ਹੋ ਕਿ ਕੀ ਇਹਦੇ ਲਈ ਡਾਕੂਮੈਂਟੇਸ਼ਨ ਚਾਹੀਦੀ ਹੈ, ਕਈਆਂ ਦੇ ਵਿਜ਼ਟਰ ਵੀਜ਼ਾ ਵੀ ਰਿਜੈਕਟ ਹੋਏ ਨੇ ਸਪਾਊਸ ਦੇ ਲਈ, ਕਈਆਂ ਦੇ ਸਪਾਊਸ ਓਪਨ ਵਰਕ ਪਰਮਿਟ ਵੀ ਰਿਜੈਕਟ ਹੋਏ ਨੇ, ਅਗਰ ਤੁਸੀਂ ਕੰਪਲੀਟ ਇਨਫੋਰਮੇਸ਼ਨ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਜਗਰਾਓਂ ਅਤੇ ਲੁਧਿਆਣਾ ਆਫਿਸ ਦੇ ਵਿੱਚ ਸਾਨੂੰ ਕੰਟੈਕਟ ਕਰ ਸਕਦੇ ਹੋ। ਅਤੇ ਅੱਜ ਮੈਂ ਬਹੁਤ ਮੁਬਾਰਕ ਦੇਣਾ ਚਾਹੂੰਗਾ ਰਘਵਿੰਦਰ ਸਿੰਘ ਜੀ ਨੂੰ, ਜਿਨ੍ਹਾਂ ਦਾ ਵੀਜ਼ਾ ਆਇਆ। ਹਾਂਜੀ, ਥੈਂਕ ਯੂ ਸਰ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਅੱਜ ਓਪਨ ਵਰਕ ਪਰਮਿਟ ਦਾ ਵੀਜ਼ਾ ਮਿਲਿਆ, ਕਿਉਂਕਿ ਮੈਂ ਪਹਿਲਾਂ ਕੁਛ ਟਾਈਮ ਪਹਿਲਾਂ ਮੈਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਸੀ, ਲੇਕਿਨ ਮੈਂ ਸਰ ਨੂੰ ਮਿਲਿਆ, ਇੱਥੇ ਫਿਊਚਰ ਇਮੀਗ੍ਰੇਸ਼ਨ ਆਇਆ, ਇਹਨਾਂ ਦੇ ਜਗਰਾਓਂ ਆਫਿਸ ਮਿਲਿਆ, ਕਿ ਸਰ ਨੇ ਮੈਨੂੰ ਤਸੱਲੀ ਦਿੱਤੀ ਕਿ ਇਹ ਓਪਨ ਵਰਕ ਪਰਮਿਟ ਲਓ, ਕਿਉਂਕਿ ਜਿੰਨੇ ਵੀ ਮੈਂ ਕੰਸਲਟੈਂਟ ਨੂੰ ਮਿਲਿਆ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਤੁਸੀਂ ਟੂਰਿਸਟ ਕਰ ਸਕਦੇ ਹੋ, ਓਪਨ ਵਰਕ ਪਰਮਿਟ ਨਹੀਂ ਹੋਏਗਾ। ਲੇਕਿਨ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਅੱਜ ਮੇਰੇ ਹੱਥ 'ਚ ਤੁਸੀਂ ਦੇਖ ਸਕਦੇ ਹੋ ਮੇਰਾ ਪਾਸਪੋਰਟ ਓਪਨ ਵਰਕ ਪਰਮਿਟ ਦਾ ਵੀਜ਼ਾ ਲੱਗਿਆ, ਕਿ ਇਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ। ਮੈਂ ਇਹਨਾਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਥੈਂਕ ਯੂ ਜੀ।